ਪ੍ਰਧਾਨ ਮੰਤਰੀ ਨਰਿੰਦਰ ਮੋਦੀ 22ਵੇਂ ਆਸੀਆਨ ਪਾਰਸਿਖਰ ਸਮੇਲਨ ਅਤੇ 18ਵੇਂ ਪੂਰਬੀ ਏਸ਼ੀਆ ਸਿਖਰ ਸਮੇਲਨ ਵਿੱਚ ਹਿੱਸਾ ਲੈਣ ਲਈ ਕੱਲ ਤੋਂ ਇੰਡੋਨੇਸ਼ੀਆ ਦੀ 2 ਦਿਨ ਦੀ ਯਾਤਰਾ ਤੇ ਰਹਿਣਗੇ। ਦੋਮੈਸਿਕਰਸ ਮੇਲਨਾ ਦਾ ਆਯੋਜਨ ਆਸੀਆਨ ਦੇ ਮੌਜੂਦਾ ਪ੍ਰਧਾਨ ਇੰਡੋਨੇਸ਼ੀਆ ਨੇ ਜੈਕਾਰਤਾ ਵਿੱਚ ਕੀਤਾ ਹੈ ਪਿਛਲੇ ਸਾਲ ਭਾਰਤਾ ਸਿਆਨਸਬੰਧਾਂ ਦੀ ਵਿਆਪਕ ਰਣਨੀਤਿਕ ਭਾਗੀਦਾਰੀ ਵਿੱਚ ਬਦਲਨ ਮਗਰੋਂ ਇਹ ਪਹਿਲਾ ਸਿਖਰਸ ਮੇਲਨ ਹੋਵੇਗਾ ਸਿਮੇਲਨ ਦੌਰਾਨ ਭਾਰਤਾ ਸਿਆਨਸਬੰਧਾਂ ਦੀ ਪ੍ਰਕਿਰਤੀ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਭਵਿੱਖੀ ਸਹਿਯੋਗ ਦੀ ਰੂਪਰੇਖਾ ਤੈਅ ਕੀਤੀ ਜਾਵੇਗੀ ਪੂਰਬੀ ਏਸ਼ੀਆ ਸਿਖਰਸ ਮੇਲਨ ਆਸੀਆਨ ਦੇਸ਼ਾਂ ਦੇ 8 ਭਾਈਵਾਲ ਦੇਸ਼ਾਂ ਦੇ ਨੇਤਾਵਾਂ ਵਾਸਤੇ ਖੇਤਰੀ ਅਤੇ ਕੁਮਾਂਤਰੀ ਮਹੱਤਵ ਦੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਹੋਵੇਗਾ